ਹਾਂਜੀ ਤੁਹਾਡੇ ਸਾਰੰਦਸ ਵਾਗਤ ਕਰਦੇ ਹਾਂ ਕੰਬੋਜ ਰੈਕਡ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਇਸ ਵੀਡੀਓ ਵਿੱਚ ਆਪਾਂ ਕਰਨ ਔਜਲਾ ਦੇ ਨਵੇਂ ਗਾਣੇ ਬਾਰੇ ਗੱਲਬਾਤ ਕਰਾਂਗੇ ਹਾਂਜੀ ਤੁਹਾਨੂੰ ਪਤਾ ਹੀ ਹੈ ਕਿ ਕਰਨ ਬਾਈ ਵੱਲੋਂ ਇਟ ਵਾਸ ਆਲ ਅ ਡ੍ਰੀਮ ਟੂਰ ਲਾਇਆ ਜਾ ਰਿਹਾ ਤੇ ਉੱਥੇ ਹੀ ਕਰਨ ਬਾਈ ਵੱਲੋਂ ਆਪਣੇ ਇੱਕ ਇੰਟਰਵਿਊ ਵਿੱਚ ਕਿਹਾ ਗਿਆ ਸੀ ਕਿ ਯੂਕੇ ਟੂਰ ਤੋਂ ਪਹਿਲਾਂ ਮੇਰੇ ਦੋ ਹਾਰਟ ਰੈਕਸ ਰਿਲੀਜ਼ ਹੋਣਗੇ ਤੇ ਯੂਕੇ ਟੂਰ ਤੋਂ ਪਹਿਲਾਂ ਤਾਂ ਸਾਨੂੰ ਕੋਈ ਵੀ ਗਾਣਾ ਸੁਣਨ ਨੂੰ ਨਹੀਂ ਮਿਲਿਆ ਸੀ ਪਰ ਯੂਕੇ ਲਾਈਵ ਸ਼ੋਸ ਤੋਂ ਬਾਅਦ ਕਰਨ ਬਾਈ ਵੱਲੋਂ ਰਿਹਾਰ ਰੈਕਡਸ ਤੇ ਆਪਣੇ YouTube ਚੈਨਲ ਦੀ Instagram ਉਤੇ ਸਟੋਰੀ ਸ਼ੇਅਰ ਕੀਤੀ ਗਈ ਤੇ ਕਿਹਾ ਗਿਆ ਦੇ ਕੇ ਬਹੁਤ ਕੁਝ ਆਉਣ ਵਾਲਾ ਏ ਜਿਸ ਤੋਂ ਬਾਅਦ ਪਿਛਲੇ ਮਹੀਨੇ ਰਹਾਰ ਰੈਕਡਸ ਚੈਨਲ ਉਤੇ ਇੱਕ ਗਾਣਾ ਰਿਲੀਜ਼ ਕੀਤਾ ਗਿਆ ਜਿਸ ਦਾ ਗਾਣੇ ਦਾ ਨਾਮ ਹੈ ਸਿਫਰ ਸਫਰ ਤੇ ਹੁਣ ਬਹੁਤ ਜਲਦ ਕਰਨੌਂ ਜ਼ਿਲਾ ਦੇ ਚੈਨਲ ਉਤੇ ਵੀ ਸਾਨੂੰ ਗਾਣਾ ਸੁਣਨ ਨੂੰ ਮਿਲਣ ਵਾਲਾ ਏ ਕਿਉਂਕਿ ਅੱਜ ਹੀ ਕਰਨੌਂ ਜ਼ਿਲਾ ਦੇ ਇੰਸਟਾਗ੍ਰam ਬਰੋਡਕਾਸਟ ਚੈਨਲ ਉਤੇ ਐਲ ਐ ਮਿਊਜ਼ਿਕ ਪ੍ਰੋਮੋਸ਼ਨ ਵੱਲੋਂ ਲਿਖਿਆ ਗਿਆ ਏ एवरीवन ਫੋਲੋ ਕਰਨੌਂ ਜ਼ਿਲਾ ਗਲੋਬਲ ਫੋਰ ਮੋਰ ਅਪਡੇਟਸ ਇਸ ਤੋਂ ਇਲਾਵਾ ਕਰਨ ਬਾਈ ਵੱਲੋਂ ਵੀ ਇਸ ਪੇਜ ਦੀ ਇੰਸਟਾਗ੍ਰam ਉਤੇ ਸਟੋਰੀ ਲਾਈ ਗਈ ਏ ਤੇ ਲਿਖਿਆ ਗਿਆ ਹੈ ਕਰਨੌਂ ਜ਼ਿਲਾ ਗਲੋਬਲ ਪੇਜ ਫ ਕੋਈ ਨਵਾਂ ਗਾਣਾ ਸੁਣਨ ਨੂੰ ਮਿਲ ਸਕਦਾ ਹੈ ਕਿਉਂਕਿ ਹੁਣ ਕਰਨ ਬਾਈ ਦੇ ਨਿਊਜ਼ੀਲੈਂਡ ਆਸਟ੍ਰੇਲੀਆ ਲਾਈਵ ਸ਼ੋ ਵੀ ਖਤਮ ਹੋ ਚੁੱਕੇ ਨੇ ਤੇ ਇੰਡੀਆ ਟੂਰ ਨੈਕਸਟ ਮੰਥ ਦਸੰਬਰ ਵਿੱਚ ਲਾਇਆ ਜਾਣਾ ਹੈ ਤੇ ਇੰਡੀਆ ਟੂਰ ਸ਼ੁਰੂ ਹੋਣ ਵਿੱਚ 1 ਮਹੀਨੇ ਦਾ ਗੈਪ ਹੈਗਾ ਤੇ ਹੁਣ ਕਿਸੇ ਵੀ ਟਾਈਮ ਨਵੇਂ ਗਾਣੇ ਦੀ ਅਨਾਉਂਸਮੈਂਟ ਹੋ ਸਕਦੀ ਹੈ ਤੇ ਕੌਣ-ਕੌਣ ਵੇਟ ਕਰ ਰਿਹਾ ਕਮੈਂਟ ਵਿੱਚ ਜਰੂਰ ਦੱਸਿਓ ਬਾਕੀ ਕਰਨ ਬਾਈ ਦੇ ਤਿੰਨ ਵੱਡੇ ਗਾਣੇ ਤੇ ਸ਼ੁਭਦੀ ਵੀ ਆ ਰਹੀ ਹੈ ਨਵੀਂ ਐਲਬਮ ਜਿਸ ਦਾ ਲਿੰਕ ਸਕਰੀਨ ਉੱਤੇ ਦਿੱਤਾ ਹੋਇਆ ਹੈ ਵੀਡੀਓ ਨੂੰ ਜਰੂਰ ਜਾ ਕੇ ਦੇਖਿਓ ਮਿਲਦਾ ਕਿਸੇ ਹੋਰ ਨਵੀਂ ਵੀਡੀਓ ਵਿੱਚ ਥੈਂਕ ਯੂ